याद रख मोदी, पहलों भी मोड़ा सी, हुन भी मोड़ांगे। सिख फॉर जस्टिस ना दी बैन संस्था दे हेड अते खालिस्तानी अत्तवादी गुरपतवंत सिंह पन्नू ने प्रधानमंत्री नरेंद्र मोदी नूं चुनौती दित्ती है। प्रधानमंत्री 24 अगस्त नूं मोहाली दे मुल्लापुर विच होमी भाभा कैंसर हॉस्पिटल एंड रिसर्च सेंटर दा उद्घाटन करन आ रहे ने। इस तों पहला अत्तवादी पन्नू ने एक वीडियो जारी किया जिस विच उन्हां नूं ललकारते हुए कहा कि जिवें पहला उन्हां नूं पंजाब तों वापस मोड़िया गया, इस बार भी मोड़िया जाएगा। पन्नू वीडियो विच मोदी दे लई ਭੱਦੀ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਵੀ ਨਜ਼ਰ ਆ ਰਹੇ ਨੇ। ਪੰਨੂ ਨੇ ਕਿਹਾ ਕਿ ਮੁੱਲਾਪੁਰ ਵਿੱਚ ਖਾਲਿਸਤਾਨੀ ਸਮਰਥਕਾਂ ਨੇ ਖਾਲਿਸਤਾਨ ਰੈਫਰੈਂਡਮ ਤੇ ਪੋਸਟਰ ਲਾਏ ਨੇ। ਮੁੱਲਾਪੁਰ ਵਿੱਚ ਹਸਪਤਾਲ ਦੇ ਬਾਹਰ ਪੋਸਟਰ ਲਗਾ ਦਿੱਤੇ ਗਏ ਨੇ। ਇਹ ਮੋਦੀ ਅਤੇ ਉਸਦੀ ਹਕੂਮਤ ਦਾ ਸੰਦੇਸ਼ ਹੈ ਕਿ ਇਸ ਨੂੰ ਦਿੱਲੀ ਨਾਲ ਸਮਝ ਬੈਠੇ। ਇੱਥੇ RPG ਚੱਲਦੇ ਨੇ ਅਤੇ ਰੈਫਰੈਂਡਮ ਵੀ ਚੱਲਦਾ ਹੈ। ਪੰਨੂ ਦਾ ਦਾਅਵਾ ਹੈ ਕਿ ਉਹਨਾਂ ਦੇ ਰੈਫਰੈਂਡਮ ਤੋਂ ਜੁੜੇ ਵਰਕਰਸ ਮੁੱਲਾਪੁਰ ਪਹੁੰਚ ਚੁੱਕੇ ਹਨ। ਪੰਨੂ ਕਹਿ ਰਿਹਾ ਹੈ ਕਿ ਸਭ ਤੋਂ ਵੱਡਾ ਕੈਂਸਰ ਪੰਜਾਬ ਦੀ ਗੁਲਾਮੀ ਦਾ ਹੈ। ਇਹ ਕੈਂਸਰ ਪੰਜਾਬ ਦੇ ਪਾਣੀ ਵਿੱਚ ਜ਼ਹਿਰ ਘੋਲ ਕੇ ਭਾਰਤੀ ਹਕੂਮਤ ਦੇ ਰਹੀ ਹੈ। ਪੰਨੂ ਲੋਕਾਂ ਨੂੰ ਭੜਕਾ ਰਿਹਾ ਹੈ ਕਿ 24 ਅਗਸਤ ਨੂੰ ਇਕੱਠੇ ਹੋ ਜਾਣ, ਖਾਲਿਸਤਾਨ ਦੇ ਝੰਡੇ ਹੱਥ ਵਿੱਚ ਥਾਮ ਲੈਣ। ਮੋਦੀ ਨੂੰ ਵਾਪਸ ਮੋੜਨ ਦੇ ਲਈ ਉਹਨਾਂ ਨੇ ਲੋਕਾਂ ਤੋਂ ਅਪੀਲ ਕੀਤੀ ਹੈ। ਇੱਕ ਵਾਰ ਫਿਰ ਕਾਤਲ ਪ੍ਰਧਾਨ ਮੰਤਰੀ ਮੋਦੀ 24 ਅਗਸਤ ਨੂੰ ਮੋਹਾਲੀ ਆ ਰਿਹਾ ਹੈ। ਪਹਿਲਾਂ ਵੀ ਮੋੜਿਆ ਸੀ ਨੰਗੇ ਪੈਰੀ, ਇਸ 24 ਅਗਸਤ ਨੂੰ ਵੀ ਮੋੜਾਂਗੇ ਵਾਪਸ ਦਿੱਲੀ ਦੇ ਵਿੱਚ। ਅੱਜ ਖਾਲਿਸਤਾਨੀ ਪੱਖੀ ਕਾਰਕੁਨਾਂ ਨੇ ਹੋਮੀ ਬਾਬਾ ਹਸਪਤਾਲ ਮੁੱਲਾਪੁਰ ਦੇ ਵਿੱਚ ਪੰਜਾਬ ਹਲ ਖਾਲਿਸਤਾਨ ਤੇ 26 ਜਨਵਰੀ ਨੂੰ ਰੈਫਰੈਂਡਮ ਦੀ ਵੋਟਾਂ ਦੇ ਪੋਸਟਰ ਲਗਾਏ ਹੈ। ਤੁਸੀਂ ਵੇਖ ਸਕਦੇ ਹੋ ਕਿ ਮੁੱਲਾਪੁਰ ਦੇ ਵਿੱਚ ਹਸਪਤਾਲ ਦੇ ਬਾਹਰ ਪੋਸਟਰ ਲੱਗੇ ਹੈ। ਇਹ ਸੁਨੇਹਾ ਦਿੰਦੇ ਆ ਮੋਦੀ ਨੂੰ ਤੇ ਉਸ ਦੀ ਹਕੂਮਤ ਨੂੰ। ਇਹ ਪੰਜਾਬ ਹੈ ਪੰਜਾਬ, ਦਿੱਲੀ ਨਾ ਸਮਝ ਬੈਠੀ। ਇੱਥੇ ਰਾਕਟ ਪ੍ਰਪੈਲਡ ਗ੍ਰਨੇਡ ਵੀ ਚੱਲਦੇ ਹੈ ਤੇ ਰੈਫਰੈਂਡਮ ਵੀ ਚੱਲਦਾ। ਸਾਡੇ ਰੈਫਰੈਂਡਮ ਵਾਲੇ ਕਾਰਕੁਨ ਮੁੱਲਾਪੁਰ ਤੇ ਮੋਹਾਲੀ ਪਹੁੰਚ ਚੁੱਕੇ ਹੈ। ਪੰਜਾਬ ਵਾਲਿਓ, ਸਭ ਤੋਂ ਵੱਡਾ ਕੈਂਸਰ ਪੰਜਾਬ ਨੂੰ ਗੁਲਾਮੀ ਦਾ ਹੈ। ਇਹ ਉਹ ਕੈਂਸਰ ਹੈ ਜਿਹੜਾ ਪੰਜਾਬ ਦੇ ਪਾਣੀਆਂ ਦੇ ਵਿੱਚ ਜ਼ਹਿਰ ਘੋਲ ਕੇ ਭਾਰਤੀ ਹਕੂਮਤ ਤੁਹਾਨੂੰ ਦੇ ਰਹੀ ਹੈ। 24 ਅਗਸਤ ਨੂੰ ਇਕੱਠੇ ਹੋ ਜਾਓ, ਕੇਸਰੀ ਖੰਡਾ ਤੇ ਖਾਲਿਸਤਾਨ ਦੇ ਝੰਡੇ ਫੜ ਲਓ 24 ਅਗਸਤ ਨੂੰ। ਹੋਰ ਦੋ ਮੋਦੀ ਨੂੰ ਵਾਪਸ। ਸਿੱਖ ਫਰ ਜਸਟਿਸ ਵਿਸ਼ਵਾਸ ਰੱਖਦੀ ਹੈ ਸਭ ਤੋਂ ਖਤਰਨਾਕ ਹਥਿਆਰ ਰੈਫਰੈਂਡਮ ਰਾਕਟ ਨਹੀਂ। ਯਾਦ ਰੱਖ ਮੋਦੀ, ਪਹਿਲਾਂ ਵੀ ਮੋੜਿਆ ਸੀ, ਹੁਣ ਵੀ ਮੋੜਾਂਗੇ।